ਮੰਤਰੀ ਤੁਸੀਂ ਖਾਲਸਾ ਚਾਹੁੰਦੇ ਹੋ, ਮੈਂ ਭਾਈ ਨਾ ਦੀ ਵਿਰੋਧਤਾ ਕਰਦੇ ਹਾਂ ਤੇ ਨਾ ਹੀ ਅੰਮ੍ਰਿਤਸਰ ਦੇ ਚੁੱਪ ਹੈ। ਇਹ ਸ਼ਬਦ ਨੇ ਸੰਤ ਭਿੰਡਰਾਂ ਵਾਲੇ ਦੇ, ਪਰ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ 'ਚ ਵਰਤੇ ਗਏ ਇਹ ਸ਼ਬਦ ਵੀ ਸੁਣੋ। ਸਾਨੂੰ ਚਾਹੀਦਾ ਹੈ ਖਾਲਸਾ। ਹੁਣ ਤੁਸੀਂ ਦੱਸੋ ਫਿਲਮ 'ਚ ਵਰਤੇ ਸ਼ਬਦ ਤੇ ਸੰਤ ਭਿੰਡਰਾਂ ਵਾਲੇ ਦੇ ਮੂੰਹੋਂ ਨਿਕਲੇ ਸ਼ਬਦਾਂ 'ਚ ਕਿੰਨਾ ਫਰਕ ਹੈ। ਇਹ ਫਿਲਮ ਲਿਖੀ ਵੀ ਕੰਗਣਾ ਰਣੌਤ ਨੇ ਹੈ, ਬਣਾਈ ਵੀ ਕੰਗਣਾ ਰਣੌਤ ਨੇ ਹੈ। ਫਿਰ ਕਿਹੜੀਆਂ ਕਿਤਾਬਾਂ, ਇੰਟਰਵਿਊਆਂ ਤੇ ਕਿਹੜੇ ਸਬੂਤਾਂ ਦੇ ਆਧਾਰ ਤੇ ਇਹ ਸ਼ਬਦ ਵਰਤੇ ਗਏ? 6 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਐਮਰਜੈਂਸੀ ਦੇ ਟ੍ਰੇਲਰ 'ਚ ਖਾਲਿਸਤਾਨ ਬਾਰੇ ਕਹੀ ਇਸ ਗੱਲ ਨੇ ਸਿੱਖਾਂ 'ਚ ਗੁੱਸੇ ਦਾ ਉਬਾਲ ਲਿਆ ਦਿੱਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਦੋਂ ਕਿਹਾ ਸੀ ਖਾਲਿਸਤਾਨ ਦੀ ਨੀਂਹ ਰੱਖਾਂਗੇ। ਇਤਿਹਾਸ ਦੇ ਪੰਨੇ ਫਰੋਲਣ 'ਤੇ ਇਹ ਤੱਥ ਸਾਹਮਣੇ ਆਏ ਹਨ ਕਿ ਭਿੰਡਰਾਂ ਵਾਲਿਆਂ ਨੇ ਸਿੱਧੇ ਤੌਰ 'ਤੇ ਕਦੇ ਖਾਲਿਸਤਾਨ ਦੀ ਮੰਗ ਹੀ ਨਹੀਂ ਕੀਤੀ। ਉਹ ਆਪਣੇ ਭਾਸ਼ਣਾਂ 'ਚ ਇਹੀ ਕਹਿੰਦੇ ਰਹਿੰਦੇ ਸੀ ਕਿ ਅਸੀਂ ਖਾਲਿਸਤਾਨ ਨਹੀਂ ਮੰਗਦੇ, ਜੇ ਸਰਕਾਰ ਦੇਵੇਗੀ ਤਾਂ ਨਾ ਵੀ ਨਹੀਂ ਕਰਾਂਗੇ, ਪਰ ਜੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਬਾਰੇ ਹੋਰ ਡੂੰਘਾਈ 'ਚ ਜੋ ਪੰਜਾਬ ਦੇ ਸਿੱਖ ਬੁੱਧੀਜੀਵੀਆਂ ਨੇ ਦੱਸਿਆ, ਉਹ ਇਸ ਫਿਲਮ ਦੇ ਬਿਲਕੁਲ ਉਲਟ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ। ਤੁਸੀਂ ਸੰਤਾਂ ਨੂੰ ਮਿਲੇ ਹੋ? ਹਾਂ, ਮੈਂ ਮਿਲਿਆ। ਕਿੰਨੀ ਵਾਰ ਮਿਲੇ ਹੋ? ਮੈਂ 1-2 ਵਾਰੀ ਮਿਲਿਆ। ਮੁਲਾਕਾਤ ਉਹਨਾਂ ਨਾਲ? ਹਾਂਜੀ ਹਾਂਜੀ। ਕਦੇ ਸੰਤਾਂ ਨੇ ਵੱਖਰੇ ਮੁਲਕ ਦੀ ਮੰਗ ਕੀਤੀ, ਵੱਖ ਹੋਣ ਦੀ ਗੱਲ ਕੀਤੀ? ਬਿਲਕੁਲ ਨਹੀਂ, ਬਿਲਕੁਲ ਨਹੀਂ। ਉਹਨਾਂ ਨੇ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਇੱਕ ਵੀ ਬਿਆਨ ਦਿਖਾਉਣ ਉਹਦਾ ਰਿਕਾਰਡ ਕਰਿਆ ਹੋਇਆ। ਸੰਤ ਭਿੰਡਰਾਂ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਖਾਲਿਸਤਾਨ ਮੰਗਦੇ ਹੋ? ਉਹ ਕਹਿੰਦੇ ਵੀ ਅਸੀਂ ਇਹ ਮੰਗਦੇ ਤਾਂ ਨਹੀਂ, ਜੇ ਦੇਣਾ ਤਾਂ ਦੇ ਦਿਓ। ਝੂਠਾ ਵੈਸੇ ਇੰਨਾ ਨਹੀਂ ਹੈ, ਖਾਲਿਸਤਾਨ ਦੀ ਡਿਮਾਂਡ ਤਾਂ ਪੰਜਾਬ ਵਿੱਚ ਉੱਠੀ ਹੈ। ਉਹ ਕਹਿੰਦੇ ਪਰ ਸੰਤਾਂ ਨੇ ਨਹੀਂ ਮੰਗ ਕੀਤੀ, ਜਿਸ ਤਰ੍ਹਾਂ ਉਹ ਦੌਰ ਦੀ ਗੱਲ ਕਰਦੇ। ਉਹ ਚਲੋ ਇੱਕ ਢੰਗ ਹੁੰਦਾ ਕਿ ਉਹਨਾਂ ਨੇ ਸਿੱਧਾ ਨਹੀਂ ਕਿਹਾ, ਬਟ ਉਹਨਾਂ ਨੇ ਇਹ ਤਾਂ ਜ਼ਰੂਰ ਕਿਹਾ ਜੇ ਸਰਕਾਰ ਦੇਵੇਗੀ। ਹਾਂ ਹਾਂ, ਔਰ ਜੇ ਅਟੈਕ ਹੋਏਗਾ ਤਾਂ ਨੀਂਹ ਰੱਖੀ ਜਾਏਗੀ। ਸੰਤਾਂ ਨੇ ਕਦੇ ਖਾਲਿਸਤਾਨ ਦੀ ਗੱਲ ਕੀ ਕਰਨੀ? ਸੰਤਾਂ ਨੇ ਤਾਂ ਮਤਲਬ ਪੋਲੀਟੀਕਲ ਜਿਹੜਾ ਇਨਜਸਟਿਸ ਸਿੱਖਾਂ ਦੇ ਨਾਲ ਹੋ ਰਿਹਾ ਸੀ ਉਹਦੀ ਗੱਲ ਉਹ ਹਮੇਸ਼ਾ ਕਰਦੇ ਸੀ। ਫੇਕ ਇਨਕਾਊਂਟਰ ਦੇ ਵਿੱਚ ਸਿੱਖਾਂ ਨੂੰ ਮਾਰਿਆ ਜਾ ਰਿਹਾ, ਸਾਨੂੰ ਕੋਈ ਮਤਲਬ ਸਾਡੇ ਜਿਹੜੇ ਵਾਅਦੇ ਕੀਤੇ ਸੀ ਆਜ਼ਾਦੀ ਤੋਂ ਪਹਿਲਾਂ ਉਹ ਪੂਰੇ ਨਹੀਂ ਕੀਤੇ ਜਾ ਰਹੇ। ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹਾਂ। 1984 'ਚ ਪੰਜਾਬ 'ਚ ਵਾਪਰੇ ਬਿਰਤਾਂਤ ਨੂੰ ਲੈ ਕੇ ਬਾਲੀਵੁੱਡ 'ਚ ਕਈ ਫਿਲਮਾਂ ਬਣੀਆਂ ਨੇ, ਪਰ ਉਹਨਾਂ ਫਿਲਮਾਂ 'ਚ ਕਦੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸਾਲ 2016 'ਚ ਪੰਜਾਬੀ ਫਿਲਮ ਆਈ ਸੀ ਧਰਮਯੁੱਧ ਮੋਰਚਾ। ਇਸ ਫਿਲਮ 'ਚ ਭਿੰਡਰਾਂ ਵਾਲਿਆਂ ਨੂੰ ਹੀਰੋ ਦੇ ਰੂਪ 'ਚ ਦਿਖਾਇਆ ਗਿਆ ਸੀ, ਔਰ ਪੂਰੀ ਫਿਲਮ 'ਚ ਇੱਕ ਵੀ ਥਾਂ ਭਿੰਡਰਾਂ ਵਾਲਿਆਂ ਦਾ ਕਿਰਦਾਰ ਨਿਭਾ ਰਹੇ ਸ਼ਖਸ ਦਾ ਚਿਹਰਾ ਨਹੀਂ ਦਿਖਾਇਆ ਗਿਆ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਹੇ ਸੁਬਰਾਮਨੀਅਮ ਸਵਾਮੀ ਨੇ ਖੁਦ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਭਿੰਡਰਾਂ ਵਾਲਿਆਂ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ। ਲੇਖਕ GBS ਸਿੱਧੂ, ਪੱਤਰਕਾਰ ਜਗਤਾਰ ਸਿੰਘ, ਸੁਰਜੀਤ ਜਲੰਧਰੀ, ਡਾਕਟਰ ਸੰਗਤ ਸਿੰਘ, ਅਜਮੇਰ ਸਿੰਘ ਤੇ ਗੁਰਦੇਵ ਸਿੰਘ ਗਰੇਵਾਲ ਦੀਆਂ ਕਿਤਾਬਾਂ 'ਚ ਵੀ ਕਿਤੇ ਇਹ ਦਾਅਵੇ ਨਾਲ ਨਹੀਂ ਕਿਹਾ ਗਿਆ ਕਿ ਭਿੰਡਰਾਂ ਵਾਲਿਆਂ ਨੇ ਸਿੱਧੇ ਤੌਰ 'ਤੇ ਖਾਲਿਸਤਾਨ ਦੀ ਮੰਗ ਕੀਤੀ ਹੋਵੇ। ਐਮਰਜੈਂਸੀ 'ਤੇ ਲੱਗੇ ਪਾਬੰਦੀ। ਪੰਜਾਬ 'ਚ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸੰਤ ਦਾ ਦਰਜਾ ਦਿੱਤਾ ਗਿਆ ਹੈ। ਉਹਨਾਂ ਨੂੰ ਕੌਮੀ ਸ਼ਹੀਦ, ਕੌਮੀ ਸੰਘਰਸ਼ੀ ਵੀ ਕਹਿੰਦੇ ਹਨ। ਬਾਲੀਵੁੱਡ 'ਚ ਸਿੱਖਾਂ 'ਤੇ ਬਣੀ ਕੋਈ ਫਿਲਮ ਰਿਲੀਜ਼ ਕਰਨ ਤੋਂ ਪਹਿਲਾਂ SGPC ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ। ਐਮਰਜੈਂਸੀ ਫਿਲਮ ਦੇ ਟ੍ਰੇਲਰ 'ਚ ਭਿੰਡਰਾਂ ਵਾਲਿਆਂ ਦਾ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਕੋਈ ਸਿੱਖ ਬਰਦਾਸ਼ਤ ਨਹੀਂ ਕਰੇਗਾ। ਜੇ ਐਮਰਜੈਂਸੀ ਫਿਲਮ 'ਚ ਭਿੰਡਰਾਂ ਵਾਲਿਆਂ ਨੂੰ ਹੀਰੋ ਦੀ ਬਜਾਏ ਵਿਲਨ ਬਣਾ ਕੇ ਦਿਖਾਇਆ ਗਿਆ ਤਾਂ ਮਾਹੌਲ ਵਿਗੜ ਸਕਦਾ ਹੈ। ਕੀ ਹਿੰਦੂਆਂ ਦੇ ਦੁਸ਼ਮਣ ਸਨ ਭਿੰਡਰਾਂ ਵਾਲੇ? ਅੰਗਰੇਜ਼ਾਂ ਕੋਲੋਂ ਤਾਂ ਪੰਜਾਬੀਆਂ ਨੇ ਆਜ਼ਾਦੀ ਲੈ ਕੇ ਆਪਣੇ ਆਪ ਨੂੰ ਦੇਸ਼ ਦੇ ਸਿਪਾਹੀ ਹੋਣ ਦਾ ਖਿਤਾਬ ਜਿੱਤ ਲਿਆ ਸੀ, ਪਰ ਇੰਦਰਾ ਗਾਂਧੀ ਨਾਲ ਲੜਾਈ ਤੋਂ ਬਾਅਦ ਨਾ ਕੋਈ ਹੱਕ ਮਿਲਿਆ ਤੇ ਨਾ ਕੋਈ ਖਿਤਾਬ। ਅੱਤਵਾਦੀ ਦਾ ਮੱਥੇ 'ਤੇ ਦਾਗ ਵਾਧੂ ਦਾ ਲਗਾ ਦਿੱਤਾ ਗਿਆ।
ਹਿੰਦੂਆਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਾਰਨ ਵਾਲੀ ਸੋਚ ਕਦੇ ਵੀ ਜਰਨੈਲ ਸਿੰਘ ਦੀ ਨਹੀਂ ਸੀ, ਕਿਉਂਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਦੇ ਸੀ। ਉਹਨਾਂ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਧੀ ਭਾਵੇਂ ਕਿਸੇ ਦੀ ਵੀ ਹੋਵੇ, ਹਿੰਦੂ, ਮੁਸਲਮਾਨ, ਸਿੱਖ, ਕਾਂਗਰਸੀ ਜਾਂ ਕੋਈ ਹੋਰ, ਉਸਦੇ ਨਾਲ ਬਦਸਲੂਕੀ ਕਰਨ ਵਾਲੇ ਦਾ ਸੌਦਾ ਲਗਾ ਕੇ ਮੇਰੇ ਕੋਲ ਆ ਜਿਓ। ਸੀਨੀਅਰ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਇੰਟਰਵਿਊਜ਼ 'ਚ ਕਾਫ਼ੀ ਦਫ਼ਾ ਇਹ ਗੱਲ ਕਬੂਲੀ ਹੈ ਕਿ ਭਿੰਡਰਾਂ ਵਾਲਿਆਂ ਨੇ ਕਦੇ ਬੇਦੋਸ਼ਾਂ ਹਿੰਦੂਆਂ 'ਤੇ ਹਥਿਆਰ ਨਹੀਂ ਚੁੱਕੇ। ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਦਰਬਾਰ ਸਾਹਿਬ 'ਤੇ ਹਮਲੇ ਤੋਂ ਪਹਿਲਾਂ ਤੱਕ ਕਦੇ ਖਾਲਿਸਤਾਨ ਦੀ ਸਿੱਧੇ ਤੌਰ 'ਤੇ ਮੰਗ ਨਹੀਂ ਕੀਤੀ ਸੀ, ਤਾਂ ਫਿਰ ਕੰਗਣਾ ਨੇ ਕਿਉਂ ਆਪਣੀ ਫਿਲਮ 'ਚ ਉਹਨਾਂ ਦਾ ਗਲਤ ਅਕਸ ਦਿਖਾਇਆ? ਪੰਜਾਬ 'ਚ ਖਾੜਕੂ ਲਹਿਰ ਪੈਦਾ ਕਰਨ 'ਚ ਕਿਹੜੇ ਲੀਡਰਾਂ ਅਤੇ ਏਜੰਸੀਆਂ ਨੇ ਸਾਜਿਸ਼ ਰਚੀ? ਇੰਦਰਾ ਗਾਂਧੀ ਨੇ ਕਿਹੜੀ ਜਿੱਦ ਪਗਾਉਣ ਲਈ ਦਰਬਾਰ ਸਾਹਿਬ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ? ਕਿਵੇਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿੱਖਾਂ ਦੀ ਨਸਲ ਖੁਸ਼ੀ ਕੀਤੀ ਗਈ? ਕੀ ਕੰਗਣਾ ਸਿੱਖਾਂ ਨਾਲ ਹੋਏ ਧੱਕੇ ਅਤੇ ਜ਼ਿਆਦਤੀਆਂ ਬਾਰੇ ਆਪਣੇ ਫਿਲਮ 'ਚ ਸੱਚ ਦਿਖਾਵੇਗੀ?